ਆ ਡਿਬੇਟ ਵਾਸਤੇ ਵੀ ਸੱਦਾ ਦੇਣਾ ਜਿਗਰੇ ਵਾਲਾ ਕੰਮ ਐ 25 ਦਿਨ ਦੇਤੇ ਮੈਂ ਨਾਲ ਜੇ ਮੇਰੇ ਵਿਰੁੱਧ ਕੁਝ ਹੁੰਦਾ ਉਹਨਾਂ ਨੇ ਫਰੋੜਾ ਥੋੜੀ ਤਾਂ ਬਹੁਤ ਕੀਤੀ ਹੋਈ ਆ ਕਈ ਸਾਲਾਂ ਦੀ ਵੀ ਲੱਭ ਜੇ ਇਹਦੇ ਵਿਰੁੱਧ ਕੁਝ ਜੇ ਮੇਰੇ ਵਿਰੁੱਧ ਕੁਝ ਅੰਦਾ ਆਉਂਦੇ ਨਾ ਫਿਰ ਅੱਜ ਨਹੀਂ ਆਏ ਆਉਣਾ ਚਾਹੀਦਾ ਸੀ ਫਿਰ ਕੀ ਉਹਨਾਂ ਥੋੜੀ ਜਿਹੀ ਮੂੰਹ ਤੇ ਹੋ ਜਾਂਦੀ ਉਹ ਵੀ ਤਾਂ ਹੋਊਗੀ ਹੁਣ ਜੀ ਮਾਨ ਸਰ ਕੀ ਕਰੀਏ ਇਹਨਾਂ ਦਾ ਹੁਣ ਹਾਂਜੀ ਤੁਸੀਂ ਦੱਸੋ ਹੁਣ ਫੈਸਲਾ ਤਾਂ ਲੋਕ ਕਰਨਗੇ 3.5 ਕਰੋੜ ਇੱਥੇ ਦੇਖੀ ਜਾਂਦਾ ਕਰੋੜ ਪਤਾ ਨਹੀਂ ਕਿੱਥੇ ਕਿੱਥੇ ਹੋਰ ਦੇਖੂਗਾ ਫੈਸਲਾ ਤੁਸੀਂ ਕਰੋਗੇ ਮੈਂ ਜੱਜ ਨਹੀਂ ਹੈਗਾ ਮੈਂ ਤੁਹਾਨੂੰ ਇਹ ਕਹਿਣਾ ਕਿ ਇਸ ਤਰ੍ਹਾਂ ਦੀ ਆਦਤ ਪਾਈਏ ਕਿ ਲੀਡਰਾਂ ਨੂੰ ਮੂੰਹ ਤੇ ਬਿਠਾਈਏ ਆਉਣ ਵਾਲੇ ਜਿਹੜੇ ਨੇ ਉਹ ਹੁਣ ਇਹ ਦੇਖ ਕੇ ਆਉਣਗੇ ਕਿ ਯਾਰ ਉੱਥੇ ਨੰਗ ਤੇ ਰੱਖ ਲੈਣ ਡਿਬੇਟ 'ਚ ਕੀ ਬੋਲਾਂਗੇ ਫੇਰ ਜੇ ਇਹੋ ਜਿਹਾ ਗਲਤ ਕੰਮ ਕਰ ਲਿਆ ਸੋ ਇਸ ਕਰਕੇ ਮੈਂ ਕਹਿਣਾ ਕਿ ਕਈ ਵਾਰੀ ਛੋਟੀਆਂ ਪਾਰਟੀਆਂ ਆਪ ਨੰਬਰਿੰਗ 'ਚ ਘੱਟ ਰਹਿ ਜਾਂਦੀਆਂ ਨੇ ਪਰ ਵੱਡੀਆਂ ਪਾਰਟੀਆਂ ਦੇ ਏਜੰਡੇ ਰੀਸੈਟ ਕਰਾ ਦਿੰਦੀਆਂ ਨੇ ਅੱਜ ਸਾਰਿਆਂ ਨੂੰ ਲੱਗਿਆ ਨਾ ਪਤਾ ਕਿ ਕਿ ਰੋਡ ਸ਼ੋਅਨ ਕਰੀਦਾ ਹੁੰਦਾ ਜਾਂ ਡੋਰ ਟੂ ਡੋਰ ਚਾਈਦਾ ਹੁੰਦਾ ਨਹੀਂ ਤਾਂ ਹੈਲੀਕਾਪਟਰ ਚ ਆਏ ਹੁੰਦਾ ਸੀਗਾ ਤੇ ਵੋਟਾਂ ਪੈ ਜਾਂਦੀਆਂ ਸੀ ਲੋਕਾਂ ਕੋਲੇ ਕੋਈ ਰਾਏ ਹੈ ਨਹੀਂ ਸੀ ਜੇ ਲੋਕਾਂ ਨੇ ਵੋਟਾਂ 'ਚ ਹਰਾਤੇ ਇਹਦਾ ਮਤਲਬ ਇਹ ਨਹੀਂ ਹੈ ਗੁਨਾਹ ਮਾਫ ਹੋ ਗਏ ਸਾਹਿਬ ਦੇਖੋ ਅੱਜ ਆਪਾਂ ਕਹਿੰਦੇ ਆ ਕਿ ਆਹ ਕੰਮ ਨਾ ਕਰੋ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ ਜੇ ਆਹ ਕੰਮ ਕੀਤੇ ਹੋਏ ਨੇ ਤਾញੋਂ ਅਸੀਂ ਆਉਣ ਵਾਲੀ ਪੀੜ੍ਹੀ ਥੋੜਾ ਜਵਾਬ ਮੰਗ ਰਹੇ ਇਹ ਕਿ 80 ਚ ਐ ਮੈਂ ਤਾਂ ਉਹ 7-8 ਸਾਲ ਦਾ ਸੀ ਫਿਰ ਮੈਂ ਤਾਂ ਫਿਰ ਆਉਣ ਵਾਲੀ ਪੀੜ੍ਹੀ ਹੋ ਗਿਆ ਨਾ ਹੁਣ ਮੈਂ ਜਵਾਬ ਮੰਗ ਰਹੇ ਵੀ ਆ ਕੇ ਉਹ ਦਿੱਤਾ ਅੱਜ ਮੈਂ ਗਲਤ ਕਰੂੰਗਾ ਤਾਂ 20 ਸਾਲ ਬਾਅਦ ਮੇਰੀ ਪੀੜ੍ਹੀ ਮੈਥੋਂ ਜਵਾਬ ਮੰਗੂ ਵੀ ਆਉਣ ਵਾਲੀ ਵੀ ਭਗਵੰਤ ਮਾਨਸਿਓਦੋਂ ਆਹ ਸੈਨ ਕਿਉਂ ਕੀਤੇ ਮੈਂ ਵੀ ਉਸੇ ਲੂਪ ਚਾ ਮੈਨੂੰ ਕੋਈ ਮੈਂ ਕੋਈ ਇਹ ਨਹੀਂਗਾ ਮੈਨੂੰ ਤੁਸੀਂ ਬਰੀ ਕਰ ਦੋਗੇ ਅੱਜ ਆਹ ਡਿਬੇਟ ਵਾਸਤੇ ਵੀ ਸੱਦਾ ਦੇਣਾ ਜਿਗਰੇ ਵਾਲਾ ਕੰਮ ਐ 25 ਦਿਨ ਦੇਤੇ ਮੈ ਨਾਲ ਜੇ ਮੇਰੇ ਵਿਰੁੱਧ ਕੁਝ ਹੁੰਦਾ ਉਹਨਾਂ ਨੇ ਫੁਰੌੜਾ ਫੋੜੀ ਤਾਂ ਬਹੁਤ ਕੀਤੀ ਹੋਈ ਆ ਕਈ ਸਾਲਾਂ ਦੀ ਵੀ ਲੱਭ ਜੇ ਇਹਦੇ ਵਿਰੁੱਧ ਕੁਝ ਜੇ ਮੇਰੇ ਵਿਰੁੱਧ ਕੁਝ ਅੰਦਾ ਆਉਂਦੇ ਨਾ ਫਿਰ ਅੱਜ ਨਹੀਂ ਆਏ ਆਉਣਾ ਚਾਹੀਦਾ ਸੀ ਫਿਰ ਕੀ ਉਹ ਥੋੜੀ ਜਿਹੀ ਮੂੰਹ ਤੇ ਹੋ ਜਾਂਦੀ ਉਹ ਵੀ ਤਾਂ ਹੋਊਗੀ ਹੁਣ ਜੀ ਮਾਨ ਸਾਹਿਬ ਕੀ ਕਰੀਏ ਇਹਨਾਂ ਦਾ ਹੁਣ ਹਾਂਜੀ ਤੁਸੀਂ ਦੱਸੋ ਹੁਣ ਫੈਸਲਾ ਤਾਂ ਲੋਕ ਕਰਨਗੇ ਸਾ 3.5 ਕਰੋੜ ਇੱਥੇ ਦੇਖੀ ਜਾਂਦਾ ਕਰੋੜ ਪਤਾ ਨਹੀਂ ਕਿੱਥੇ ਕਿੱਥੇ ਹੋਰ ਦੇਖੂਗਾ ਫੈਸਲਾ ਤੁਸੀਂ ਕਰੋਗੇ ਮੈਂ ਜੱਜ ਨਹੀਂ ਹੈਗਾ ਮੈਂ ਤਾਂ ਅੱਜ ਇੱਥੇ ਮੈਂ ਪਹਿਲਾਂ ਕਿਹਾ ਨਾ ਜੇ ਤਾਰਨਾ ਕੋਈ ਨਾ ਇਹਦਾ ਕੋਈ ਇਹ ਕਰਨਾ ਕਿ ਇਹਦੇ ਹੱਕ 'ਚ ਨਾਰੇ ਜਾਦੇ ਲੱਗ ਗਏ ਆ ਜਿੱਤ ਗਿਆ ਜਿੱਤ ਕਿੰਨਾ ਮੈਂ ਤੁਹਾਨੂੰ ਇਹ ਕਹਿਣਾ ਕਿ ਇਸ ਤਰ੍ਹਾਂ ਦੀ ਆਦਤ ਪਾਈਏ ਕਿ ਲੀਡਰਾਂ ਨੂੰ ਮੂੰਹ ਤੇ ਬਿਠਾਈਏ ਆਉਣ ਵਾਲੇ ਜਿਹੜੇ ਨੇ ਉਹ ਹੁਣ ਇਹ ਦੇਖ ਕੇ ਆਉਣਗੇ ਕਿ ਯਾਰ ਉੱਥੇ ਨੰਘਤੇ ਰੱਖ ਲੈਣ ਡਿਬੇਟ 'ਚ ਕੀ ਬੋਲਾਂਗੇ ਫੇਰ ਜਿਹੜਾ ਇਹ ਗਲਤ ਕੰਮ ਕਰ ਲਿਆ ਸੋ ਇਸ ਕਰਕੇ ਮੈਂ ਕਹਿਣਾ ਕਿ ਕਈ ਵਾਰੀ ਛੋਟੀਆਂ ਪਾਰਟੀਆਂ ਆਪ ਨੰਬਰਿੰਗ ਚ ਘੱਟ ਰਹਿ ਜਾਂਦੀਆਂ ਨੇ ਪਰ ਵੱਡੀਆਂ ਪਾਰਟੀਆਂ ਦੇ ਏਜੰਡੇ ਰੀਸੈਟ ਕਰਾ ਦਿੰਦੀਆਂ ਨੇ ਅੱਜ ਸਾਰਿਆਂ ਨੂੰ ਲੱਗਿਆ ਨਾ ਪਤਾ ਕਿ ਕਿ ਰੋਡ ਸ਼ੋਅਨ ਕਰੀਦਾ ਹੁੰਦਾ ਜਾਂ ਡੋਰ ਟੂ ਡੋਰ ਚਾਈਦਾ ਹੁੰਦਾ ਨਹੀਂ ਤਾਂ ਹੈਲੀਕਾਪਟਰ ਚ ਆਏ ਹੁੰਦਾ ਸੀਗਾ ਤੇ ਵੋਟਾਂ ਪੈ ਜਾਂਦੀਆਂ ਸੀ ਲੋਕਾਂ ਕੋਲੇ ਕੋਈ ਰਾਏ ਹੈ ਨਹੀਂ ਸੀ ਪਰ ਹੁਣ ਮੈਂ ਪਹਿਲਾਂ ਵੀ ਕਿਹਾ ਗੱਲ ਵੀ ਇੱਥੋਂ ਸ਼ੁਰੂ ਕੀਤੀ ਸੀ ਕਿ ਜਿਨ੍ਹਾਂ ਤਿੰਨਾਂ ਨੇ ਰਾਜ ਕੀਤਾ ਸੀ ਉਹ ਪਹਿਲੀ ਵਾਰ ਰਾਜ ਤੋਂ ਬਾਹਰ ਨੇ ਇਸ ਕਰਕੇ ਸਵਾਲ ਕਰਨਾ ਫਰਜ ਬਣਦਾ ਹੈ ਔਰ ਹਾਂ ਜੇ ਲੋਕਾਂ ਨੇ ਵੋਟਾਂ 'ਚ ਹਰਾਤੇ ਇਹਦਾ ਮਤਲਬ ਇਹ ਨਹੀਂ ਹੈਗਾ ਗੁਨਾਹ ਮaaf ਹੋ ਗਏ ਸਾਬ ਦੇਖੋ ਅੱਜ ਆਪਾਂ ਕਹਿੰਦੇ ਆ ਕਿ ਆਹ ਕੰਮ ਨਾ ਕਰੋ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ ਜੇ ਆਹ ਕੰਮ ਕੀਤੇ ਹੋਏ ਨੇ ਤਾਂ ਹੀਓ ਅਸੀਂ ਆਉਣ ਵਾਲੀ ਪੀੜ੍ਹੀ ਤੋਂ ਜਵਾਬ ਮੰਗ ਰਹੇ ਆ ਕਿ 80 'ਚ ਐ ਮੈਂ ਤਾਂ ਉਹ 7-8 ਸਾਲ ਦਾ ਸੀ ਫਿਰ ਮੈਂ ਤਾਂ ਫਿਰ ਆਉਣ ਵਾਲੀ ਪੀੜ੍ਹੀ ਹੋ ਗਿਆ ਨਾ ਹੁਣ ਮੈਂ ਜਵਾਬ ਮੰਗ ਰਹੇ ਵੀ ਆ ਕੇ ਉਹ ਦਿੱਤਾ ਅੱਜ ਮੈਂ ਗਲਤ ਕਰੂੰਗਾ ਤਾਂ 20 ਸਾਲ ਬਾਅਦ ਮੇਰੀ ਪੀੜ੍ਹੀ ਮੈਥੋਂ ਜਵਾਬ ਮੰਗੂਗੀ ਆਉਣ ਵਾਲੀ ਵੀ ਭਗਵਾਨ ਤੁਮਾਂ ਸੀ ਉਦੋਂ ਆਹ ਸਾਇਨ ਕਿਉਂ ਕੀਤੇ ਮੈਂ ਵੀ ਉਸੇ ਲੂਪ ਚਾ ਮੈਨੂੰ ਕਿ ਮੈਂ ਕੋਈ ਇਹ ਨਹੀਂਗਾ ਮੈਨੂੰ ਤੁਸੀਂ ਬਰੀ ਕਰ ਦੋਗੇ ਅੱਜ ਬਲਕਿ ਮੇਰੀ ਜ਼ਿੰਮੇਵਾਰੀ ਅੱਜ ਤੋਂ ਹੋਰ ਵਧ ਗਈ ਕਿਉਂਕਿ ਤੁਸੀਂ ਯਕੀਨ ਬਧਾਓਗੇ ਮੇਰੇ ਤੇ ਹੁਣ ਕਿ ਵੇਤੇ ਯਕੀਨ ਕਰੋਗੇ ਮੈਨੂੰ ਹੋਰ ਜ਼ਿਆਦਾ ਜ਼ਿੰਮੇਵਾਰੀ ਪੈ ਜਾਂਦੀ ਹੈ ਹਰੇਕ ਮੈਚ ਬਰਾਟ ਕੋਲੀ ਸੈਂਚਰੀ ਨਹੀਂ ਲਾਉਂਦਾ ਜੇ ਬਰਾਟ ਕੋਲੀ 70 75 ਤੇ ਆਊਟ ਹੋ ਜਾਈ ਆਪਾਂ ਕਹਿੰਦੇ ਤਾਂ ਖਤਮ ਹੈ ਤੇ ਉਧਰੋਂ ਜਸਪ੍ਰੀਤ ਬੂਮਰਾ ਵਰਗਾ 15 ਰਨ ਬਣਾ ਦੇ ਕਹਿੰਦੇ ਆਹ ਚੱਲ ਗਿਆ ਭਾਈ ਕਾਰਨੇ ਕੋਹਲੀ ਤੋਂ ਸੈਂਚਰੀ ਦੀ ਉਮੀਦ ਹੈ ਬੂਮਰਾ ਤੋਂ ਬੈਟਿੰਗ ਦੀ ਉਮੀਦ ਹੀ ਹੈ ਨਹੀਂ ਸੋ ਜਦੋਂ ਐਕਸਪੈਕਟੇਸ਼ਨਸ ਵੱਧ ਜਾਂਦੀਆਂ ਹਨ ਨਾ ਐਕਸਪੈਕਟੇਸ਼ਨਸ ਹਾਈ ਹੋ ਜਾਂਦੀਆਂ ਨੇ ਤਾਂ ਤੁਹਾਡਾ ਆਪਣਾ ਜ਼ਿੰਮੇਵਾਰੀ ਵੱਧ ਜਾਂਦੀ ਹੈ ਮੀਆਂ ਮੁਹੰਮਦ ਬਖਸ਼ ਲਿਖਦੇ ਨੇ ਕਹਿੰਦੇ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਭਰ ਕੇ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਕਿ ਇਹ ਕਹਿੰਦੇ ਬੀਆ ਸਾਹਿਬ ਕਹਿੰਦੇ ਪਰਮਾਤਮਾ ਹਰੇਕ ਦਾ ਘੜਾ ਨਹੀਂ ਭਰਦਾ ਜ਼ਿੰਮੇਵਾਰੀ ਵਾਲਾ ਕਿਸੇ-ਕਿਸੇ ਦੀ ਭਰਦਾ ਕੋਈ ਕੋਈ ਮੁੜਪੀ ਭਰ ਕੇ ਪਰਮਾਤਮਾ ਹਰੇਕ ਦਾ ਜ਼ਿੰਮੇਵਾਰੀ ਵਾਲਾ ਘੜਾ ਨਹੀਂ ਭਰਦਾ ਕਿਸੇ-ਕਿਸੇ ਦਾ ਭਰਦਾ ਪਰ ਜਿਹਦੇ ਭਰ ਕੇ ਸਿਰ ਤੇ ਧਰਿਆ ਉਹਨੂੰ ਪੈਰ ਡਰ-ਡਰ ਕੇ ਤਰਨੇ ਪੈਂਦੇ ਆ ਬੋਚ-ਬੋਚ ਕੇ ਤਰਨੇ ਪੈਂਦੇ ਆ ਕਿਉਂਕਿ ਅੱਗੇ ਲਿਖਦੇ ਨੇ ਕਿ ਮੈਂ ਅੰਨਾ ਤੇ ਤਿਲਕਣ ਰਸਤਾ ਦੇਵੇ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਬਸ